ਕਿਹੜੀ ਕਵਿਤਾ ਜਾਂ ਕਿਹੜੀ ਗਜ਼ਲ ਲਿਖ ਕੇ ਤੁਹਾਨੂੰ ਲੱਗਿਆ ਸੀ ਵੀ ਹਾਂ ਮੈਂ ਲਿਖ ਲੈਣੀ ਹੈ? ਹਿਜਰ ਵਿੱਚ ਬਲਦੀ ਰੂਹ ਨੂੰ ਹੈ ਇੱਕ ਐਸੀ ਤਾਂਘ ਮਹਿਰਮ ਦੀ ਕਿ ਦਸਤਕ ਦਰ ਤੇ ਹੋਈ ਹੈ ਤੇ ਸੀਨਾ ਥਰਥਰਾ ਉੱਠਿਆ। ਤੁਸੀਂ ਕਿਹਨਾਂ ਤੋਂ ਪ੍ਰਭਾਵਿਤ ਹੋਏ? ਬਾਲ ਕਹਾਣੀਆਂ ਜਦੋਂ ਮੈਂ ਲਿਖਦੀ ਸੀਗੀ ਤਾਂ ਮੈਨੂੰ ਇੱਕ ਦਿਨ ਡਾਕਟਰ ਦਰਸ਼ਨ ਸਿੰਘ ਆਸ਼ਟ ਜੀ ਸਾਡੇ ਬਾਲ ਸਾਹਿਤਕਾਰ ਨੇ, ਉਹਨਾਂ ਦਾ ਫੋਨ ਆਉਂਦਾ ਹੈ ਕਿ ਬਹੁਤ ਸੋਹਣਾ ਲਿਖਦੀ ਹੈ ਤੇਰੇ ਵਾਸਤੇ। ਜਸਬੀਰ ਭੁੱਲਰ ਹੋਰਾਂ ਨੇ ਕਿਹਾ ਹੈ ਕਿ ਬਹੁਤ ਚੰਗੀਆਂ ਰਚਨਾਵਾਂ ਨੇ, ਬਹੁਤ ਮਿਆਰੀ ਨੇ। ਤੁਹਾਡੇ ਬਾਰੇ ਕਿਸੇ ਨੇ ਇਹ ਵੀ ਕਿਹਾ ਸੀ ਕਿ ਪੱਕੇ ਪੈਰੀਂ ਆਈ ਹੈ ਕੁੜੀ? ਕਿਹਨੇ ਕਿਹਾ ਸੀਗਾ? ਕੀ ਮੈਂ ਹਾਲ ਸੁਣਾਵਾਂ ਸਾਡੇ ਰਿਸ਼ਤੇ ਦਾ, ਗੱਲ ਗੱਲ ਤੇ ਅੱਜ ਕੱਲ ਤਾਂ ਮਸਲਾ ਬਣ ਜਾਂਦਾ। ਇਸ ਚੱਕਰ ਦੇ ਵਿੱਚ ਵੀ ਤੁਸੀਂ ਕੁੜੀਓ ਲਿਖਦੇ ਹੋ, ਕਵੀ ਦਰਬਾਰਾਂ ਤੇ ਜਾਂਦੇ ਹੋ, ਇਸ ਗੱਲ ਦਾ ਮਸਲਾ ਨਹੀਂ ਬਣਿਆ? ਕਿੱਥੇ ਜਾਂਦੀ ਏ ਉਹ ਕਵਿਤਾ, ਕਿੱਥੇ ਜਾਂਦੀ ਏ ਉਹ ਕਵਿਤਾ ਜੋ ਸ਼ਬਦਾਂ 'ਚ ਨਹੀਂ ਢਲਦੀ ਅਤੇ ਰਹਿ ਜਾਂਦੀ ਏ ਕਵੀ ਦੇ ਮਨ ਅਤੇ ਕਾਗਜ਼ਾਂ ਦੇ ਅੱਧ ਵਿਚਾਲੇ ਕਿਸੇ ਖਲਾ 'ਚ ਲਟਕਦੀ ਹੋਈ। ਕਿੱਥੇ ਜਾਂਦੀ ਏ ਉਹ ਕਵਿਤਾ, ਜਾਣਾਂਗੇ ਅੱਜ ਕਿ ਕਿੱਥੇ ਜਾਂਦੀ ਉਹ ਕਵਿਤਾ, ਜਿਹਨੇ ਕਵਿਤਾ ਲਿਖੀ ਆ ਉਹਨਾਂ ਤੋਂ। ਫਿਲਹਾਲ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤਕ ਤੰਦਾਂ ਲੈ ਕੇ, ਮੈਂ ਅਦਬ ਹਾਜ਼ਰ ਹੋਇਆਂ। ਆਸ ਕਰਦਾ ਕਿ ਤੁਸੀਂ ਜ਼ਿੰਦਗੀ ਦੇ ਹਰ ਰੰਗ ਨੂੰ ਮਾਣ ਰਹੇ ਹੋਵੋਗੇ ਅਤੇ ਹੁਣ ਸਾਹਿਤ ਦੇ ਰੰਗਾਂ ਨੂੰ ਮਾਣਨ ਦੇ ਲਈ ਤੁਹਾਡੇ ਨਾਲ ਮਿਲ ਕੇ ਮੈਂ ਵੀ ਆ ਗਿਆ ਤੁਹਾਡੀਆਂ ਬਰੂਹਾਂ ਦੇ ਉੱਤੇ। ਸੋ ਜੇ ਮੈਂ ਗੱਲ ਕਰਾਂ ਸਾਹਿਤ ਦੀ, ਸਾਹਿਤ ਸਿਰਜਣਾ ਦੀ ਲੋੜ ਕਿਉਂ ਪਈ? ਕਿਉਂਕਿ ਮਨੁੱਖ ਦੇ ਵਿੱਚ ਸਿੱਖਣ ਦੀ ਜਿਹੜੀ ਕਹਿ ਲਓ ਵੀ ਸ਼ਕਤੀ ਆ ਉਹ ਬਹੁਤ ਜ਼ਿਆਦਾ ਆ, ਤਾਂ ਹੀ ਉਹਨੇ ਇੰਨੀ ਤਰੱਕੀ ਕਰੀ ਆ ਅਤੇ ਉਹ ਸਿੱਖਦਾ ਗਿਆ ਅਤੇ ਲਿਖਦਾ ਗਿਆ ਅਤੇ ਲਿਖੇ ਹੋਏ ਤੋਂ ਨਵੀਆਂ ਪੀੜ੍ਹੀਆਂ ਸਿੱਖਦੀਆਂ ਗਈਆਂ ਅਤੇ ਅੱਗੇ ਤਰੱਕੀ ਕਰਦੀਆਂ ਗਈਆਂ। ਸੋ ਨਵੀਂ ਪੀੜ੍ਹੀ ਦੀ ਗੱਲ ਆਉਂਦੀ ਆ ਤਾਂ ਨਵੀਂ ਪੀੜ੍ਹੀ ਕਿੱਦਾਂ ਦਾ ਲਿਖ ਰਹੀ ਆ ਉਹ ਵੀ ਗੱਲ ਕਰਨੀ ਬਣਦੀ ਆ। ਤੁਹਾਨੂੰ ਪਤਾ ਹੀ ਆ ਕਿ ਸਾਹਿਤਕ ਤੰਨਾ ਪ੍ਰੋਗਰਾਮ ਵਿੱਚ ਸਾਹਿਤਕਾਰ ਆਉਂਦੇ ਨੇ ਜਿਨ੍ਹਾਂ ਨੇ ਆਪਣੀ ਕਹਿ ਲਓ ਵੀ ਸਾਹਿਤ ਦੇ ਖੇਤਰ ਵਿੱਚ ਸਾਹਿਤ ਦੀ ਝੋਲੀ ਕਿਤਾਬਾਂ ਪਾਈਆਂ ਹੁੰਦੀਆਂ ਨੇ, ਆਪਣੀਆਂ ਰਚਨਾ ਸਿਰਜਣਾ ਪਾਈ ਹੁੰਦੀ ਆ। ਸੋ ਅੱਜ ਸਾਡੇ ਜੋ ਦਰਮਿਆਨ ਜੋ ਸ਼ਾਇਰਾ ਪਹੁੰਚੀ ਹੋਈ ਆ, ਵੈਸੇ ਮੈਂ ਜੇ ਗੱਲ ਕਰਾਂ ਲਿਖਣ ਦੇ ਵਿੱਚ ਵੀ ਅਲੱਗ ਅਲੱਗ ਵਿਧਾਵਾਂ ਨੇ। ਕੋਈ ਕਵਿਤਾ ਕਹਾਣੀ ਗਜ਼ਲ ਲਿਖਦਾ, ਕੋਈ ਆਪਦੇ ਹਿਸਾਬ ਨਾਲ ਅਲੱਗ ਸਾਹਿਤ ਆ, ਜਿਵੇਂ ਹੋਰ ਵੀ ਬੜੀਆਂ ਵੰਨਗੀਆਂ ਨੇ, ਜਿਵੇਂ ਕੋਈ ਜੀਵਨੀ ਲਿਖਤੀ ਕਿਸੇ ਨੇ ਉਹਨਾਂ ਤੋਂ ਵੀ ਸਿੱਖਣ ਨੂੰ ਮਿਲਦਾ, ਕੋਈ ਨਾਵਲ ਲਿਖਦਾ, ਕੋਈ ਛੋਟੀਆਂ ਕਹਾਣੀਆਂ ਲਿਖਦਾ, ਵੱਡੀਆਂ ਕਹਾਣੀਆਂ ਲਿਖਦਾ। ਪਰ ਜੇ ਗਜ਼ਲ ਦੀ ਗੱਲ ਕਰੀਏ ਨਾ ਤਾਂ ਪੰਜਾਬੀ ਗਜ਼ਲ ਦੇ ਵਿੱਚ ਔਰਤ ਲੇਖਕਾਵਾਂ ਘੱਟ ਹੋਈਆਂ ਨੇ, ਉਂਗਲਾਂ 'ਤੇ ਗਿਣਨ ਵਾਲੇ ਨਾਂ ਹੀ ਨੇ ਜੇ ਮੈਂ ਗਿਣਾਂ ਤਾਂ, ਜਿਵੇਂ ਸੁਰਜੀਤ ਸਖੀ ਜੀ ਹੋ ਗਏ, ਜਾਂ ਕਹਿ ਲਓ ਸੁਖਵਿੰਦਰ ਅੰਮ੍ਰਿਤ ਹੋ ਗਏ, ਜਾਂ ਨਵਿਆਂ ਦੇ ਵਿੱਚੋਂ ਅਨੂ ਬਾਲਾ ਜੀ ਹੋ ਗਏ, ਤਾਂ ਇੱਕ ਹੋਰ ਨਾਂ ਵੀ ਜੁੜ ਰਿਹਾ ਹੈਗਾ। ਅਤੇ ਸਿੱਖ ਰਹੀ ਆ ਉਹ ਲੜਕੀ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ, ਕਹਿ ਲਓ ਵੀ ਪਟਿਆਲੇ ਦਾ ਜਨਮ ਆ, ਤਲਵੰਡੀ ਸਾਬੋ ਰਹਿ ਰਹੇ ਨੇ ਫਿਲਹਾਲ, ਅਤੇ ਉੱਥੋਂ ਹੀ ਕਾਲ ਯੂਨੀਵਰਸਿਟੀ ਤੋਂ ਪੜ੍ਹਾਈ ਕਰਕੇ ਐੱਮ ਏ ਇੰਗਲਿਸ਼ ਕਰਕੇ ਹੁਣ ਤੱਕ 2 ਕਿਤਾਬਾਂ ਉਹਨਾਂ ਦੀਆਂ ਆਈਆਂ ਨੇ ਬਾਲ ਕਹਾਣੀਆਂ ਦੀਆਂ। ਜਦੋਂ ਛੋਟੀ ਉਮਰੇ ਸੀ, +2 ਦੇ ਵਿੱਚ ਹੀ ਪੜ੍ਹਦੇ ਸੀ, ਤਾਂ ਉਹਨਾਂ ਦੀ ਇੱਕ ਕਿਤਾਬ ਆ ਗਈ ਸੀਗੀ ਗੁਲਦੌਦੀਆਂ। ਅਤੇ ਬਾਲ ਸਾਹਿਤ ਦੀ ਗੱਲ ਵੀ ਕਰਾਂਗੇ, ਠੀਕ ਹੈ, ਅਤੇ ਨੌਜਵਾਨੀ ਕੀ ਲਿਖ ਰਹੀ ਹੈ ਅਤੇ ਕਿੰਨਾ ਕੁ ਸਾਹਿਤ ਦੇ ਨਾਲ ਜੁੜ ਰਹੀ ਆ, ਇਹ ਚੀਜ਼ ਬਾਰੇ ਵੀ ਗੱਲਬਾਤ ਕਰਾਂਗੇ। ਫਿਲਹਾਲ ਮੈਂ ਉਹਨਾਂ ਦਾ ਸਵਾਗਤ ਕਰਦਿਆਂ, ਸਾਡੇ ਅੱਜ ਸਟੂਡੀਓ ਦੇ ਵਿੱਚ ਪਹੁੰਚੀ ਹੈ ਯੰਗ ਪੋਇਟ ਰੂਹੀ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਸ਼ੁਕਰੀਆ ਮੰਚ ਦੇਣ ਲਈ, ਜਸ ਪੰਜਾਬੀ ਦੀ ਪੂਰੀ ਟੀਮ, ਪੂਰੀ ਜਸ ਟੀਵੀ ਦੀ ਟੀਮ ਦੀ ਬਹੁਤ ਬਹੁਤ ਮਿਹਰਬਾਨੀ। ਵਧਾਈ ਦੇ ਪਾਤਰ ਹੋ ਜੋ ਤੁਸੀਂ ਨਿੱਕੀ ਉਮਰ ਦੇ ਵਿੱਚ ਸਾਹਿਤ ਦੇ ਨਾਲ ਜੁੜੇ ਹੋਏ ਹੋ। ਅਤੇ ਇਹ ਵੀ ਗੱਲ ਨਹੀਂ ਕਿ ਤੁਸੀਂ ਤੁਹਾਡੇ ਬਾਰੇ ਕਿਸੇ ਨੇ ਇਹ ਵੀ ਕਿਹਾ ਸੀ ਕਿ ਪੱਕੇ ਪੈਰੀਂ ਆਈ ਆ ਕੁੜੀ, ਹੈ ਨਾ, ਉਹ ਵੀ ਜਾਣਾਂਗੇ ਵੀ ਕਿਹਨੇ ਕਿਹਾ ਸੀਗਾ। ਰੂਹੀ ਮੇਰਾ ਨਾ ਪਹਿਲਾ ਸਵਾਲ ਸਾਰਿਆਂ ਨੂੰ ਇੱਕੋ ਹੀ ਰਹਿੰਦਾ, ਸੇਮ ਹੀ ਰਹਿੰਦਾ, ਤਾਂ ਮੈਂ ਖੈਰ ਇਹ ਸਵਾਲ ਨੂੰ ਜੇ ਵੇਖਿਆ ਜਾਵੇ ਨਾ ਬਹੁਤ ਵੱਡਾ ਸਵਾਲ ਆ, ਵੇਖਣ 'ਚ ਐਂ ਲੱਗਦਾ ਵੀ ਛੋਟਾ ਜਿਹਾ ਸਵਾਲ ਆ। ਮੈਂ ਦੱਸਦਾ ਤੁਹਾਡੀਆਂ 2 ਆ ਕਿਤਾਬਾਂ ਪਈਆਂ ਨੇ ਜਿਹੜੀਆਂ ਤੁਸੀਂ ਲਿਖੀਆਂ ਨੇ ਬਾਲ ਸਾਹਿਤ ਦੀਆਂ, ਗੁਲਦੌਦੀਆਂ ਅਤੇ ਸੂਹੀ ਸਵੇਰ। ਗਜ਼ਲ ਵੱਲ ਹੁਣ ਔਲੇ ਹੋ ਤੁਸੀਂ, ਗਜ਼ਲ ਲਿਖਣ ਲੱਗੇ ਹੋ, ਹੈ ਨਾ, ਕਵਿਤਾ ਵੀ ਸੋਹਣੀ ਲਿਖਦੇ ਹੋ, ਬਾਲ ਕਹਾਣੀਆਂ ਵੀ ਵਧੀਆ ਲਿਖੀਆਂ, ਇਹ ਮੈਂ ਤੁਹਾਡੇ ਬਾਰੇ ਦੱਸਦਾ। ਐਵੇਂ ਇੰਗਲਿਸ਼ ਕਰੀ ਆ ਅਤੇ ਅੱਗੇ PhD ਕਰਨ ਦਾ ਸੋਚ ਰਹੇ ਹੋ, ਹੈ ਨਾ, ਇੰਨਾ ਕੁਝ ਤਾਂ ਮੈਂ ਤੁਹਾਡੇ ਬਾਰੇ ਦੱਸਦਾ। ਹੁਣ ਮੈਂ ਤੁਹਾਡੇ ਮੂੰਹੋਂ ਜਾਣਨਾ ਚਾਹੁੰਦਾ, ਜੇ ਤੁਸੀਂ ਆਪਦੇ ਬਾਰੇ ਸੋਚੋ, ਫੀਲ ਕਰੋ, ਆਪਦੇ ਸ਼ਬਦਾਂ ਵਿੱਚ ਦੱਸੋ, ਰੂਹੀ ਕੌਣ ਜੀ?
ਪਹਿਲਾਂ ਤਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਰੂਹੀ ਕੌਣ ਹੈ ਤਾਂ ਮੈਨੂੰ ਯਾਦ ਆਉਂਦੇ ਆ ਬਾਬਾ ਬੁੱਲੇ ਸ਼ਾਹ, ਜਦੋਂ ਕਹਿੰਦੇ ਆ ਕਿ ਬੁੱਲਾ ਕੀ ਜਾਣਾ ਮੈਂ ਕੌਣ। ਅਤੇ ਮੈਨੂੰ ਲੱਗਦਾ ਹੁੰਦਾ ਕਿ ਜਿੰਨਾ ਕੁਛ ਤੁਸੀਂ ਮੇਰੇ ਬਾਰੇ ਦੱਸਤਾ ਤਾਂ ਉਹ ਅਲੱਗ ਅਲੱਗ ਤਰ੍ਹਾਂ ਦੇ ਸਾਂਚੇ ਨੇ ਜਿਨ੍ਹਾਂ 'ਚ ਉਹ ਠੋਸ ਸਾਂਚਿਆਂ ਦੇ ਵਿੱਚ ਮੇਰੀ ਸ਼ਖਸੀਅਤ ਜਿਹੜੀ ਹੈਗੀ ਆ ਹੋਂਦ ਹੈ ਉੱਨੀ ਉੱਨੀ ਢਲ ਗਈ। ਪਰ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਹੋਂਦ ਦੀਆਂ ਤਰਲਤਾਈਆਂ 'ਚ ਰਿਸਦੀਆਂ ਹੁੰਦੀਆਂ, ਜਿਹੜੀਆਂ ਉਹ ਹੁੰਦੀਆਂ ਜਿਹੜੀਆਂ ਆਪਾਂ ਦੱਸ ਨਹੀਂ ਸਕਦੇ ਹੁੰਦੇ, ਆਪਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ ਹੈ ਨਾ। ਕੋਈ ਕਹਿੰਦਾ ਕਿ ਜਦੋਂ ਆਪਾਂ ਆਪਣੇ ਬਾਰੇ ਜਾਣ ਲਿਆ ਫਿਰ ਤਾਂ ਆਪਾਂ ਬੁੱਧ ਹੋ ਗਏ, ਫਿਰ ਆਪਾਂ ਖੁਦ ਨਹੀਂ ਰਹੇ, ਹੈ ਨਾ। ਅਤੇ ਇਹ ਗੱਲਾਂ ਨੇ ਤੁਸੀਂ ਮੇਰੇ ਬਾਰੇ ਦੱਸਤਾ। ਮੈਂ ਆਪਣੇ ਬਾਰੇ ਜੇ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੁੰਦਾ, ਮੈਂ ਇੱਕ ਸ਼ੇਅਰ ਹੈ ਜਿਹੜਾ ਮੈਨੂੰ ਲੱਗਦਾ ਹੁੰਦਾ ਕਿ ਮੈਂ ਆਪਣੇ ਬਾਰੇ ਲਿਖਿਆ, ਇੱਕ ਮੈਕਸੀਕਨ ਪ੍ਰੋਵਰਬ ਹੈ ਕਿ ਦੇ ਟ੍ਰਾਈਡ ਟੂ ਬਰੀ ਅਸ, ਦੇ ਡਿਡਨਟ ਨੋ ਵੀ ਵਰ ਸੀਡਸ। ਤਾਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਮੈਨੂੰ ਇੱਦਾਂ ਲੱਗਦਾ ਰਿਹਾ। ਅਤੇ ਮੈਂ ਉਹ ਗਜ਼ਲ ਨਾਲ ਸ਼ੁਰੂਆਤ ਕਰੂੰਗੀ ਕਿ ਉਹਦੇ ਨਹੀਂ, ਮੇਰੀ ਗੱਲ ਤਾਂ ਸੁਣੋ, ਜਦੋਂ ਤੁਸੀਂ ਸ਼ੁਰੂ ਸ਼ੁਰੂ 'ਚ ਕਲਮ 'ਚ ਲਿਖੀ ਸੀਗੀ ਹੈ ਨਾ ਬਾਲ ਕਹਾਣੀ, ਕਿਹੜੀ ਕਲਾਸ 'ਚ ਲਿਖਣ ਲੱਗ ਗਏ? 12ਵੀਂ 'ਚ ਤੁਹਾਡੀ ਕਿਤਾਬ ਹੀ ਆ ਗਈ? ਮੈਂ 8ਵੀਂ 9ਵੀਂ ਤੋਂ ਲਿਖਣ ਲੱਗ ਗਈ ਸੀਗੀ। ਪਹਿਲਾਂ ਮੈਂ ਅਨੁਵਾਦ ਕੀਤੇ ਹਿੰਦੀ ਕਹਾਣੀਆਂ ਦੇ, ਪੰਜਾਬੀ ਦੇ ਵਿੱਚ ਅਨੁਵਾਦ, 8ਵੀਂ ਕਲਾਸ 'ਚ ਅਨੁਵਾਦ ਕਰਤੇ, ਹਾਂ ਕੁਝ ਕਹਾਣੀਆਂ ਦੇ ਅਨੁਵਾਦ ਕੀਤੇ। ਅਤੇ ਫਿਰ ਹੌਲੀ ਹੌਲੀ ਅਨੁਵਾਦ ਵਾਲਾ ਕੰਮ ਕਿਵੇਂ, ਮਤਲਬ ਤੁਸੀਂ 8ਵੀਂ ਕਲਾਸ 'ਚ ਕਿਹਨੇ ਅਨੁਵਾਦ ਕਰਵਾਇਆ ਤੁਹਾਡੇ? ਐਕਚੁਅਲੀ ਘਰ ਮਾਹੌਲ ਇੱਦਾਂ ਦਾ ਸੀ, ਪਾਪਾ ਅਨੁਵਾਦ ਕਰਦੇ ਆ, ਮਤਲਬ ਉਹ ਹਿੰਦੀ ਤੋਂ ਪੰਜਾਬੀ ਦਾ ਕਹਾਣੀਆਂ ਨਾਵਲ ਅਨੁਵਾਦ ਕਰਦੇ ਆ। ਅਤੇ ਉਹ ਇੱਦਾਂ ਹੀ ਕੋਈ ਕਹਾਣੀ ਪਈ ਸੀ, ਕੋਈ ਬਾਲ ਕਹਾਣੀ ਸੀ ਸ਼ਾਇਦ, ਤਾਂ ਮੈਂ ਉਹ ਪੜ੍ਹ ਰਹੀ ਸੀ ਅਤੇ ਪੜ੍ਹਦੇ ਪੜ੍ਹਦੇ ਮੈਨੂੰ ਲੱਗਿਆ ਕਿ ਪੰਜਾਬੀ 'ਚ ਹੋਣੀ ਚਾਹੀਦੀ ਹੈ। ਮੈਂ ਪਾਪਾ ਨੂੰ ਪੁੱਛਿਆ ਤੁਸੀਂ ਇਹਨੂੰ ਟ੍ਰਾਂਸਲੇਟ ਕਰਤਾ ਕਿ ਕਰ ਰਹੇ ਹੋ? ਤਾਂ ਉਹ ਕਹਿੰਦੇ ਕਿ ਨਹੀਂ ਹਲੇ ਨਹੀਂ ਕੀਤੀ, ਹਲੇ ਤਾਂ ਤੇਰੇ ਪੜ੍ਹਨ ਵਾਸਤੇ ਆ। ਅਤੇ ਮੈਂ ਇੱਦਾਂ ਉਹ ਕਿਤਾਬ ਚੱਕੀ ਅਤੇ ਮੈਂ ਕਿਹਾ ਇਹ ਇੱਦਾਂ ਬਣੂਗੀ। ਅਤੇ ਫਿਰ ਉਹ ਕਹਾਣੀਆਂ ਦੇ ਅਨੁਵਾਦ ਪਾਪਾ ਨੇ ਦੇਖੇ, ਉਹਨਾਂ ਨੂੰ ਲੱਗਿਆ ਕਿ ਠੀਕ ਕੀਤੇ ਹੈ, ਹੈ ਨਾ, ਜਾਂ ਕੁਛ ਮੋਡੀਫਿਕੇਸ਼ਨਸ ਵੀ ਆਫਕੋਰਸ ਉਹਨਾਂ ਨੇ ਕੀਤੀਆਂ। ਅਤੇ ਫਿਰ ਉਹਨਾਂ ਨੇ ਭੇਜੀਆਂ ਨਿੱਕੀਆਂ ਕਰੁੰਬਲਾਂ ਮੈਗਜ਼ੀਨ ਦੇ ਵਿੱਚ ਕਹਾਣੀਆਂ, ਅਤੇ ਉਹ ਮੇਰੀਆਂ ਦੋ ਕਹਾਣੀਆਂ ਅਨੁਵਾਦਿਤ ਉੱਥੋਂ ਮੈਗਜ਼ੀਨ ਤੋਂ ਛਪੀਆਂ ਸੀ। ਅਤੇ ਜਦੋਂ ਪਹਿਲੀ ਵਾਰੀ ਮੈਗਜ਼ੀਨ ਦੇ ਉੱਤੇ ਤੁਹਾਡਾ ਨਾਮ ਲਿਖ ਕੇ ਆਇਆ ਹੋਵੇ ਥੱਲੇ ਰੂਹੀ ਸਿੰਘ, ਕਿਵੇਂ ਲੱਗਿਆ? ਬਹੁਤ ਖੁਸ਼ੀ, ਮਤਲਬ ਮੇਰੇ ਲਈ ਇਹ ਚੀਜ਼ ਅਨਐਕਸਪੈਕਟਡ ਸੀ। ਮੈਂ ਨਹੀਂ ਸੀ ਕਦੇ ਸੋਚਿਆ ਕਿ ਇੱਦਾਂ, ਜਿੱਦਾਂ ਲੋਕਾਂ ਨੂੰ ਅਖਬਾਰਾਂ 'ਚ ਪੜ੍ਹਦੇ ਹਾਂ, ਲੋਕਾਂ ਨੂੰ ਕਿਤਾਬਾਂ ਮੈਗਜ਼ੀਨਾਂ 'ਚ ਪੜ੍ਹਦੇ ਹਾਂ, ਕਦੇ ਮੈਂ ਉਸ ਥਾਂ 'ਤੇ ਆਊਂਗੀ ਕਿ ਮੈਨੂੰ ਵੀ ਕੋਈ ਪੜ੍ਹੂਗਾ। ਇਹ ਬਹੁਤ ਵੱਡੀ ਗੱਲ ਸੀ ਮੇਰੇ ਲਈ। ਹਾਲੇ ਛੋਟੀ ਉਮਰ ਆ, ਤੁਸੀਂ ਬਹੁਤ ਲੰਬਾ ਸਫ਼ਰ ਤੈਅ ਕਰਨਾ। ਫਿਰ 8ਵੀਂ ਕਲਾਸ 'ਚ ਤੁਸੀਂ ਲਿਖਣ ਲੱਗੇ ਹੋ ਤਾਂ ਇਟ ਮੀਨਸ ਕਿ ਪੜ੍ਹਨ ਵਾਲਾ ਮਾਹੌਲ ਤਾਂ ਉਦੋਂ ਪਹਿਲਾਂ ਦਾ ਹੀ ਬਣ ਗਿਆ ਹੋਊਗਾ? ਬਿਲਕੁਲ, ਘਰ ਪੜ੍ਹਾਈ ਦਾ ਮਾਹੌਲ ਬਚਪਨ ਤੋਂ ਹੀ ਸੀਗਾ। ਅਤੇ ਮੈਂ ਮਤਲਬ ਜਦੋਂ ਛੁੱਟੀਆਂ ਵੀ ਹੋਣੀਆਂ ਤਾਂ ਮੈਂ ਬਾਲ ਜਿਹੜੇ ਨਾਵਲ ਨੇ, ਚਬਰ ਚਬਰ, ਉੱਡਣ ਖਟੋਲਾ, ਇਹ ਲੈ ਕੇ ਬਹਿ ਜਾਣਾ। ਅਤੇ ਮੈਂ ਛੁੱਟੀਆਂ 'ਚ ਵੀ ਇੱਦਾਂ ਦੀਆਂ ਕਿਤਾਬਾਂ ਪੜ੍ਹਦੇ ਰਹਿਣਾ। ਮਤਲਬ ਉਹ ਬੜਾ ਹੁੰਦਾ ਸੀ ਮੇਰੇ ਬਾਰੇ ਕਿ ਇਹ ਟੀਵੀ ਨਹੀਂ ਦੇਖਦੀ, ਇਹ ਖਿਡੌਣਿਆਂ ਨਾਲ ਨਹੀਂ ਖੇਡਦੀ, ਇਹ ਕਿਤਾਬਾਂ ਹੀ ਪੜ੍ਹਦੀ ਰਹਿੰਦੀ ਹੈ। ਉਹ ਹੁੰਦਾ ਨਾ ਇੱਕ ਖਿਆਲੀ ਦੁਨੀਆ 'ਚ ਜਿਉਂਦੇ ਹੋ ਤੁਸੀਂ, ਕਿੱਡੇ ਸੋਹਣੇ ਜਿਹੇ ਸੁਪਨੇ ਹੁੰਦੇ ਆ, ਤੁਹਾਨੂੰ ਹਰ ਇੱਕ ਚੀਜ਼ ਕਲਰਫੁੱਲ ਲੱਗਦੀ ਆ, ਹੈ ਨਾ, ਸਾਰੀ ਬਚਪਨ ਦੇ ਉਹ ਦਿਨ, ਹੈ ਨਾ। ਬਿਲਕੁਲ। ਤੇ ਰੂਹੀ ਫਿਰ ਖਿਆਲਾਂ 'ਚ ਖੁੱਬੀ ਰਹਿੰਦੀ ਸੀ ਉਦੋਂ ਛੁੱਟੀ ਹੁੰਦੀ? ਨਹੀਂ, ਖਿਆਲਾਂ 'ਚ ਨਹੀਂ ਸੀ ਖੁੱਬੀ ਰਹਿੰਦੀ, ਇਹ ਤਾਂ ਪੜ੍ਹਾਈ 'ਚ ਵੀ, ਮਤਲਬ ਪੜ੍ਹਾਈ ਦੇ ਟਾਈਮ 'ਤੇ ਪੜ੍ਹਾਈ ਕਰਦੀ ਸੀ। ਪਰ ਮੈਨੂੰ ਕਿਤਾਬਾਂ ਨਾਲ ਸ਼ੁਰੂ ਤੋਂ ਹੀ ਬਹੁਤ ਮੋਹ ਰਿਹਾ ਕਿ ਮੈਂ ਇਹਨਾਂ ਨੂੰ ਨਹੀਂ ਸੀ ਛੱਡ ਸਕਦੀ। ਮੈਨੂੰ ਐਂ ਸੀ ਕਿ ਪੜ੍ਹਾਈ ਦੀਆਂ ਕਿਤਾਬਾਂ, ਅਕੈਡਮਿਕ ਕਿਤਾਬਾਂ ਆਪਣੀ ਜਗ੍ਹਾ, ਪਰ ਆਹ ਜਿਹੜੇ ਨਾਵਲ ਪਏ ਨੇ ਘਰ, ਜਾਂ ਮੈਂ ਕਈ ਵਾਰੀ ਸਪੈਸ਼ਲ ਕੋਈ ਉਹ ਉਚੇਚੇ ਤੌਰ 'ਤੇ ਮੰਗਵਾਉਣਾ ਕਿ ਆਹ ਵਾਲਾ ਚਾਹੀਦਾ ਮੈਨੂੰ, ਅਤੇ ਮੈਂ ਉਹ ਪੜ੍ਹਦੀ ਰਹਿੰਦੀ ਸੀ। ਮੈਂ ਕਦੇ ਇਹਨਾਂ ਤੋਂ ਮਤਲਬ ਛੁੱਟੀ ਨਹੀਂ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਤਲਬ ਸਾਹਿਤ ਨਾਲ ਕਦੋਂ ਤੋਂ ਜੁੜੀ। ਮੈਨੂੰ ਲੱਗਦਾ ਹੁੰਦਾ ਕਿ ਸਾਹਿਤ ਮੇਰੇ ਖੂਨ 'ਚ ਹੀ ਸੀਗਾ, ਸਾਹਿਤ ਨਾਲ ਮੈਂ ਪਹਿਲਾਂ ਤੋਂ ਨਾਲ ਹੀ ਚੱਲਦਾ ਰਿਹਾ ਸਾਹਿਤ। ਜਿੱਦਾਂ ਮੈਂ ਕਹਿੰਦੀ ਹੁੰਦੀ ਕਿ ਪੰਜਾਬੀ ਮੇਰੀਆਂ ਰਗਾਂ 'ਚ ਭਰ ਵਗਦੇ ਦਰਿਆ ਦਾ ਨਾਂ ਹੈ, ਤਾਂ ਸਾਹਿਤ ਵੀ ਉਹੀ ਹੈ। ਇੱਦਾਂ ਇਹ ਥੋੜ੍ਹੀ ਕੋਈ ਕਵਿਤਾ ਦੀ ਕੋਈ ਲਾਈਨ ਆ, ਗਜ਼ਲ ਦੀ ਲਾਈਨ ਜੀ? ਬੜੀ ਛੋਟੀ ਉਮਰ ਦੇ ਵਿੱਚ ਤੁਸੀਂ ਲਿਖਣਾ ਸ਼ੁਰੂ ਕਰਤਾ, ਹੈ ਨਾ। ਮੈਂ ਹੁਣ ਗੱਲਾਂ 'ਚ ਨਹੀਂ ਆਉਂਦਾ, ਮਤਲਬ ਕਿਉਂਕਿ ਮੈਨੂੰ ਪਤਾ ਵੀ ਤੁਸੀਂ ਸੁਣਾਉਂਦੇ ਵੀ ਵਧੀਆ ਹੋ ਸਟੇਜ ਦੇ ਉੱਤੇ। ਸੋ ਹੁਣ ਮੈਨੂੰ, ਮੈਂ ਕਹੂੰਗਾ ਕਿ ਜਿਹੜੀ ਕਵਿਤਾ ਦੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਤਾਂ ਉਹੀ ਸੁਣਾਓ ਜੀ। ਸ਼ੁਰੂਆਤ ਤੁਸੀਂ ਕੀਤੀ ਸੀ ਉਹ ਕਵਿਤਾ ਤੋਂ, ਕਿੱਥੇ ਜਾਂਦੀ ਹੈ ਉਹ, ਕਿੱਥੇ ਜਾਂਦੀ ਹੈ ਕਵਿਤਾ? ਤਾਂ ਉਹ ਮੇਰੀ ਇੱਕ ਨਜ਼ਮ ਸੀਗੀ। ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਮੇਰੇ ਕਵਿਤਾ ਹੈਗੀ ਆ ਕਦੇ ਕਦੇ ਹੱਥਾਂ 'ਚੋਂ ਰਿਸਦੀ ਜਾਂਦੀ ਆ, ਕਿਰਦੀ ਜਾਂਦੀ ਆ। ਤਾਂ ਉਹਦੇ 'ਤੇ ਸੀਗੀ ਕਿ ਕਿੱਥੇ ਜਾਂਦੀ ਹੈ ਉਹ ਕਵਿਤਾ ਜਿਸਨੂੰ ਕੋਈ ਸਰੋਤਾ ਨਹੀਂ ਜੁੜਦਾ, ਕਿੱਥੇ ਜਾਂਦੀ ਹੈ ਉਹ ਕਵਿਤਾ ਜਿਸਨੂੰ ਕੋਈ ਸਰੋਤਾ ਨਹੀਂ ਜੁੜਦਾ।
जां किसे महफिल च दाद नहीं मिलती। किथे जांदी है वो कविता जिसनू कोई स्रोता नहीं जुड़दा, जां किसे महफिल च दाद नहीं मिलती। किथे जांदी है वो कविता जो रह जांदी है किसे बंद कमरे दी चार दीवारी अंदर, घुटन नाल दम तोड़ देण वर्गी हालत विच। किथे जांदी है वो कविता जो ख्यालां दे पत्तणां ते उडारियां लाउंदी, कदी बहिंदी ते कदी उडदी मनाइयां करदी। किथे जांदी है वो कविता जो शब्दां च नहीं टलदी, किथे जांदी है वो कविता जो शब्दां च नहीं टलदी, ते रह जांदी है कवि दे मन ते कागज़ दे अध विचाले किसे खला विच लटकती हुई। क्या बात है, बड़ी सोहना, मतलब तुसी बिंब सरजिया बड़ी सोहनी कविता लिखी। अच्छा, तुहाडे नाल कदे इदां होया भी कुछ लिखण बैठे हों, झरीटण बैठे हों ते भुल ही गए हों भी मैं की लिखना सी, जां किसे ने आके टोकता होवे, पला लिया होवे, तां ख्याल ही टुट गया होवे, ओह लड़ी टुट गई होवे, अहसास ही छुट गया होवे। बिल्कुल, इदां बहुत वारी हुंदा है, कई वारी बहुत वारी हुंदा है कि फोन तुहाडे कोल हुंदा जे तुहाडे कोल कोई कागज़ पेन नहीं हुंदा, पर बहुत वारी हुंदा कि फोन भी कोल नहीं हुंदा, तुसी कोई कम दे विच लगे होए हो तां ख्याल आ गया। ते जिद्दां मैं एक वारी बैठी हुई सी अनेरे कमरे च, ते कोई आया ते उन्होंने बत्ती जगाती, ते मैं फिर उत्थे कहा कि जद लोड़िया हनेरा बत्ती बड़ी अचानक, जद लोचिया हनेरा बत्ती बड़ी अचानक, फिर ख्याल वाली कन्नी हत्थां च छुट्टी सारी। क्या बात है। तो ये हुंदा है, अक्सर हुंदा कवियां नाल के मैं एक वारी एक बोली लिखी सी कि रेता रह गया पल्ले विच साडे, मुठियां च जिंद किर गई। मैनू कविता वो बड़ी वारी वो जिंद वांगू लगती है कि जिहड़ी किरदी जांदी आ, जिहनूं जिन्ना क असी सांभ सकते हैं उन्ना क असी ठोस तां नाल सांभण की कोशिश करते हैं, पर उहदियां तरलताइयां उहदी जिहड़ी रिसणा उहनूं असी संभाल नहीं सकते हुंदे, हमेशा तां नहीं हुंदा है। क्या बात है, बड़ियां प्यारियां प्यारियां गल्लां कर रहे हो, है ना। खैर, ये संवेदना ही हुंदी है तुहाडे अंदर दी। कई ना आम लोग जिहड़े हुंदे आ उहनां नूं ये लगता हुंदा भी ये पता नहीं किहड़ी दुनिया च ज्यों रहा हैगा, समझ रहे हो तुसीं, भी ख्याली जी दुनिया फैरीटेल च, है ना, ये हर वेले उधर ही ध्यान इहदा रहिंदा, है ना। तुहाडे नाल होया कदे तुहाडी जिवें अच्छा क्लास दे विच जिवें तुसीं नूं लिखदे सी तुहानूं तुहाडे नाल स्पैशल हुंदा होगा ट्रीट भी, नहीं ये तां राइटर आ, ये तां पोएट आ, होया कदे इदां? हाँ बिल्कुल हुंदा, ते मैं कई बार जदों क्ला लिखना या कई बार हुंदा ना कि क्लास दे विच भी लैक्चर दे विच हो गया कि कोई टीचर कह रहा है कि जिहड़े लिखदे आ ओह अपनी सुनाओ, ते बड़े बच्चे ने मैनूं उदों ओह उदों दी गल सी जदों कवि दरबारां दी हले कोई शुरुआत नहीं सी होई, बहुत पुराने दिनां दी गल है, मैं लिखदी हुंदी सी बस। नहीं, कवि दरबारां दी तां शुरुआत, अच्छा तुहाडे अपने कवि दरबारां दी? मेरे अपने कवि दरबारां, कवि दरबार तां बहुत पुराने चलदे आ रहे हैं, मेरे अपने कवि दरबारां दी शुरुआत, मतलब जाण दी शुरुआत, तुसीं नहीं हले जाणा शुरू करिया सी? मैं, हाँ, ते उदों दी गल है कि मैं मैनू हले नहीं सी कोई इदा जानदा या जिद्दां भी, मतलब मैं लिखदी हुंदी सी, मैं क्लास च कदे सुनाउणा ते मैनू आके दो तीन बच्चां ने इदां कहना कि आ साडे रोंगटे खड़े करते तेरी गल ने, तेरी कविता ने, मैनू लगणा कि मतलब मैनू तां मैं तां अपना लाइक दिल हौला करन लई या कुछ लिखदी हाँ, हौले फुल होने लिए लिखदी हाँ, तो जे इन्हां नूं अच्छा लग रहा, चंगा लग रहा, तो मतलब जरूर है कोई इन्हां नाल कितना ना कितने वो गल रिलेट करती होगी, इन्हां लई रिलेटेबल होगी, तो मैं बड़ा चंगा लगता सी, सारयां नूं चंगा ही लगता हुंदा है जदों कोई इदां कहिंदा है कि तेरी गल च मैनूं अपनी कुछ नज़र आया, तो वह हमेशा एक किसी ने मतलब मुड़ के भी हुंदा ना जदों तुसीं लिखदे हो कुछ, मैं इत्थों तां आप कई मेरे नाल दे हुंदे सी ना जदों मैं लिखदा हुंदा सी, कहिंदा भी लिखवा के लै जाना मेरी सहेली वास्ते लिख दे, जां कुछ वास्ते लिख दे, फलाने दा बर्थडे आ, ये आ, वो आ, ना तुहाडे नाल होया कदे इदां भी लिखवाया होवे किसी ने ते विच ना आपदा पाता होवे? नहीं, मतलब मेरे नाल इदा हुंदा है कि जदों कोई आउंदे सी कहण आउंदे सी, बट मैं कहिंदी सी कि यार जदों तक मैं उह चीज़ नूं महसूस नहीं ना कर लूँगी आपे, उदों तक मैं नहीं लिख पाऊँगी, उदों तक मैं कुछ नहीं लिख पाऊँगी, ते मतलब नहीं इदा उह इदा ही चले जांदे, मतलब नहीं हो पाउंदा सीगा, बट उह इह सीगा कि हाँ यार तूं जिहड़ी उह कविता सुनाई सी उह मैनूं दे दे, मैं अगे किसे नूं भेजणी आ, मतलब तेरी उह कविता बड़ी सोहणी लगी, तां उह लिखी हुई कविता इदा चलदी सी, जिद्दां इक शेयर सी कि हिजर विच बलदी रूह नूं है एक ऐसी तांग महरम दी कि दस्तक दर ते होई है ते सीना थर थरा उठिया, तां इह लोकां ने जिद्दां कहना भेजणा अगे, तो ਉਹ ਅੱਛਾ ਲੱਗਦਾ ਹੁੰਦਾ। ਮੈਨੂੰ ਲੱਗਦਾ ਹੁੰਦਾ ਕਿ ਕਿਹੜੀ ਕਿਹੜੀ ਕਵਿਤਾ ਜਾਂ ਕਿਹੜੀ ਗਜ਼ਲ ਲਿਖ ਕੇ ਤੁਹਾਨੂੰ ਲੱਗਿਆ ਸੀ ਵੀ ਹਾਂ ਮੈਂ ਲਿਖ ਲੈਣੀ ਆ?
मैं वो सुना दिनी हाँ उदा मतलब है कि उदे उगमन दी गल सुन के ही जंगल तिल मिला उठे है इरशाद उदे उगमन दी गल सुन के ही जंगल तिल मिला उठे है जिनू सदियां तो दबिया सी वो किस तरह लहलहा उठे है बहुत सुना ਇਹ ਉਹ ਕਵਿਤਾ ਜਿਹਦੀ ਮੈਂ ਗੱਲ ਕਰ ਰਹੀ ਸੀ ਕਿ ਉਹ ਮੈਕਸੀਕਨ ਪ੍ਰੋਵਰਬ ਸੀ ਤੇ ਮੈਨੂੰ ਇਹ ਆਪਣਾ ਆਪ ਲੱਗਦਾ ਹੁੰਦਾ ਹੈ ਤੇ ਸ਼ੇਅਰ ਹੈ ਕਿ ਕਿਸੇ ਕੋਈ ਸ਼ੇਅਰ ਇੰਜ ਪੜ੍ਹਿਆ ਜਾਂ ਮੇਰੇ ਹੀ ਆਉਣ ਦਾ ਸਦਕਾ ਕਿਸੇ ਕੋਈ ਸ਼ੇਅਰ ਇੰਜ ਪੜ੍ਹਿਆ ਜਾਂ ਮੇਰੇ ਹੀ ਆਉਣ ਦਾ ਸਦਕਾ ਜੋ ਮਹਿਫਿਲ ਵਿੱਚ ਉਹਦਾ ਗਮਗੀਨ ਚਿਹਰਾ ਮੁਸਕਰਾ ਉੱਠਿਆ ਵਾਹ ਕੀ ਬਾਤ ਹੈ ਹਿਜਰ ਵਿੱਚ ਬਲਦੀ ਰੂਹ ਨੂੰ ਹੈ ਕੈਸੀ ਤਾਂਗ ਮਹਿਰਮ ਦੀ ਕਿ ਦਸਤਕ ਡਰ ਤੇ ਹੋਈ ਹੈ ਤੇ ਸੀਨਾ ਥਰਥਰਾ ਉੱਠਿਆ ਵਾਹ ਬੁਝੇ ਸਭ ਬਾਹਰ ਦੇ ਦੀਵੇ ਜਦੋਂ ਝੁੱਲੇ ਸੀ ਝੱਖੜ ਪਰ ਬੁਝੇ ਸਭ ਬਾਹਰ ਦੇ ਦੀਵੇ ਜਦੋਂ ਝੁੱਲੇ ਸੀ ਝੱਖੜ ਪਰ ਤਪੀ ਮੱਥੇ ਦੀ ਲੋ ਐਸੀ ਕਿ ਕਣ ਕਣ ਜਗਮਗਾ ਉੱਠਿਆ ਵਾਹ ਬਹੁਤ ਖੂਬਸੂਰਤ ਬਹੁਤ ਸ਼ੁਕਰੀਆ ਅਜਬ ਹੈ ਗਜ਼ਲ ਦੀ ਧਰਤੀ ਇਹ ਮੇਰੇ ਨਾਲ ਹੁੰਦਾ ਹੈ ਕਵਿਤਾ 'ਚ ਵੀ ਹੁੰਦਾ ਹੈ ਗਜ਼ਲ 'ਚ ਵੀ ਹੁੰਦਾ ਹੈ ਕਿ ਅਜਬ ਹੈ ਗਜ਼ਲ ਦੀ ਧਰਤੀ ਕਦੋਂ ਦੀ ਔੜ ਲੱਗੀ ਸੀ ਅਜਬ ਹੈ ਗਜ਼ਲ ਦੀ ਧਰਤੀ ਕਦੋਂ ਦੀ ਔੜ ਲੱਗੀ ਸੀ ਤੇ ਹੁਣ ਇੰਜ ਵਰ ਰਿਹਾ ਜਿਉ ਪਾਣੀਆਂ ਵਿੱਚ ਜ਼ਲਜ਼ਲਾ ਉੱਠਿਆ ਬਹੁਤ ਸੋਹਣਾ ਅੱਜ ਦੇ ਪ੍ਰੋਗਰਾਮ ਦਾ ਇੱਕ ਖਾਸ ਮਕਸਦ ਇਹ ਆ ਕਿ ਛੋਟੀ ਉਮਰ ਦੇ ਜਿਹੜੇ ਨਵੇਂ ਲੇਖਕ ਨੇ ਰਾਈਟਰ ਨੇ ਪੋਇਟ ਨੇ ਜਾਂ ਜੋ ਵੀ ਲਿਖ ਰਿਹਾ ਹੈਗਾ ਉਹ ਕਿਵੇਂ ਦਾ ਲਿਖ ਰਿਹਾ ਅਤੇ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਵੀ ਬਣਦੀ ਆ ਇਹਨਾਂ ਨੂੰ ਬੁਲਾਉਣ ਦਾ ਮਕਸਦ ਇੱਕ ਇਹੀ ਆ ਬਾਕੀ ਤੁਸੀਂ ਸੁਣ ਲਿਆ ਹੋਣਾ ਬਹੁਤ ਸੋਹਣਾ ਲਿਖਦੇ ਆ ਆਪਾਂ ਕਈ ਵਾਰ ਛੋਟਿਆਂ ਤੋਂ ਐਂ ਹੁੰਦਾ ਨਾ ਵੀ ਛੋਟੇ ਨੇ ਵੀ ਕੀ ਲਿਖਿਆ ਹੋਊਗਾ ਹੈ ਨਾ ਜਾਂ ਇਹ ਵੀ ਹੋ ਸਕਦਾ ਹੈ ਨਾ ਪਰ ਛੋਟੀ ਉਮੀਦ ਨਹੀਂ ਲਾਉਣੀ ਚਾਹੀਦੀ ਕਿਸੇ ਤੋਂ ਵੀ ਛੋਟੇ ਵੱਡੀਆਂ ਵੱਡੀਆਂ ਚੀਜ਼ਾਂ ਵੀ ਲਿਖ ਦਿੰਦੇ ਨੇ ਬਹੁਤ ਸ਼ੁਕਰੀਆ ਨਹੀਂ ਅੱਛਾ ਰੂਹੀ ਪਤਾ ਕੀ ਗੱਲ ਹੁੰਦੀ ਆ ਤੁਹਾਡੀ ਨਾ ਜ਼ਿੰਦਗੀ ਦੇ ਮਤਲਬ ਜੋ ਜਿਹੜੇ ਖੇਤਰ 'ਚ ਬਣੇ ਨਾ ਉਸੇ ਖੇਤਰ 'ਚ ਤੁਹਾਡੇ ਕੋਈ ਆਦਰਸ਼ ਵੀ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਪੜ੍ਹਿਆ ਹੁੰਦਾ ਅਤੇ ਜਿਨ੍ਹਾਂ ਤੋਂ ਤੁਸੀਂ ਪ੍ਰਭਾਵਿਤ ਹੋਏ ਹੁੰਦੇ ਹੋ ਤੁਸੀਂ ਕਿਹਨਾਂ ਤੋਂ ਪ੍ਰਭਾਵਿਤ ਹੋਏ ਬਿਲਕੁਲ ਮੈਂ ਕਿਸੇ ਇੱਕ ਦਾ ਨਾਮ ਨਹੀਂ ਲੈ ਸਕਦੀ ਜੇ ਮੈਂ ਗਜ਼ਲ ਦੀ ਗੱਲ ਕਰਾਂ ਤਾਂ ਮੈਂ ਡਾਕਟਰ ਪਾਤਰ ਨੂੰ ਪੜ੍ਹਿਆ ਡਾਕਟਰ ਜਗਤਾਰ ਨੂੰ ਪੜ੍ਹਿਆ ਸੁਖਵਿੰਦਰ ਅੰਮ੍ਰਿਤ ਜੀ ਗੁਰਤੇਜ ਕੁਹਾਰ ਵਾਲਾ ਵਿਜੇ ਵਿਵੇਕ ਸਾਡੇ ਸਮਿਆਂ ਦੇ ਸਮਰੱਥ ਸ਼ਾਇਰਾਂ ਨੂੰ ਪੜ੍ਹਿਆ ਅਤੇ ਮੈਨੂੰ ਇਹਨਾਂ ਸਾਰਿਆਂ ਦੀ ਹੀ ਗਜ਼ਲ ਜਿਹੜੀ ਹੈਗੀ ਹੈ ਬੜੀ ਪਸੰਦੀਦਾ ਹੁੰਦੀ ਹੈ ਬਟ ਮੈਂ ਪਾਤਰ ਸਾਹਿਬ ਨੂੰ ਮਤਲਬ ਬਹੁਤ ਜ਼ਿਆਦਾ ਸ਼ੁਰੂਆਤੀ ਦਿਨਾਂ 'ਚ ਕਿਉਂਕਿ ਪਾਤਰ ਸਾਹਿਬ ਦੀ ਇੱਕ ਨਾ ਇੱਕ ਕਵਿਤਾ ਆਪਾਂ ਨੂੰ ਸਕੂਲ ਦੇ ਦਿਨਾਂ 'ਚ ਵੀ ਲੱਗੀ ਹੁੰਦੀ ਸੀ ਕੱਚ ਦਾ ਗਲਾਸ ਜਿਵੇਂ ਤਾਂ ਉੱਥੇ ਤੋਂ ਮੈਨੂੰ ਹੋਇਆ ਕਿ ਕਿੰਨੀ ਸੋਹਣੀ ਕਵਿਤਾ ਅਤੇ ਮੈਂ ਲੈ ਕੇ ਆਈ ਸੂਰਜ ਮੰਦਰ ਦੀਆਂ ਪੌੜੀਆਂ ਲੈ ਆਈ ਸੁਰ ਜ਼ਮੀਨ ਲੈ ਆਈ ਅਤੇ ਮੈਂ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਪੜ੍ਹੀਆਂ ਅਤੇ ਲੱਗਿਆ ਕਿ ਕਿਆ ਕਮਾਲ ਦੀ ਗੱਲ ਹੈ ਅਤੇ ਸ਼ਾਇਦ ਉਹ ਕਿਤੇ ਨਾ ਕਿਤੇ ਅੰਦਰ ਪਿਆ ਹੁੰਦਾ ਕਿ ਇੱਦਾਂ ਦਾ ਕੁਛ ਮੈਂ ਵੀ ਕਹਿਣਾ ਚਾਹੁੰਦੀ ਹਾਂ ਮੇਰੇ ਕੋਲ ਹਾਲੇ ਲਫ਼ਜ਼ ਨਹੀਂ ਮੇਰੇ ਕੋਲ ਹਾਲੇ ਇੱਦਾਂ ਦੇ ਭਾਵ ਨਹੀਂ ਆਏ ਤਾਂ ਫਿਰ ਜਦੋਂ ਹੌਲੀ ਹੌਲੀ ਗਜ਼ਲ ਦੇ ਖੇਤਰ 'ਚ ਆਈ ਪਾਤਰ ਸਾਹਿਬ ਨੂੰ ਮਿਲਣ ਦਾ ਵੀ ਸੁਭਾਗ ਪ੍ਰਾਪਤ ਹੋਇਆ ਉਹ ਸਾਰਾ ਤਾਂ ਬੜਾ ਚੰਗਾ ਲੱਗਦਾ ਹੁੰਦਾ ਹੈ ਕਿ ਚਲੋ ਵਧੀਆ ਗੱਲ ਆ ਤੁਹਾਨੂੰ ਹੈ ਨਾ ਕਿਉਂਕਿ ਪੜ੍ਹਨਾ ਵੀ ਜ਼ਰੂਰੀ ਆ ਹੱਲਾਸ਼ੇਰੀ ਪਹਿਲੀ ਹੱਲਾਸ਼ੇਰੀ ਤੁਹਾਨੂੰ ਕਿਹਦੇ ਤੋਂ ਮਿਲੀ ਜਾਂ ਕੋਈ ਇੱਦਾਂ ਦੀ ਹੱਲਾਸ਼ੇਰੀ ਮਿਲੀ ਹੋਵੇ ਜਿਹਨੇ ਤੁਹਾਨੂੰ ਮਤਲਬ ਵੀ ਮੋਟੀਵੇਟ ਕਰਿਆ ਹੋਵੇ ਨਹੀਂ ਮੈਂ ਤਾਂ ਲਿਖੂੰਗੀ ਕਿਉਂਕਿ ਮੈਨੂੰ ਹੁਣ ਹੱਲਾਸ਼ੇਰੀ ਮਿਲ ਗਈ ਸ਼ਾਬਾਸ਼ੀ ਮਿਲ ਗਈ ਇਹ ਬਾਲ ਕਹਾਣੀਆਂ ਜਦੋਂ ਮੈਂ ਲਿਖਦੀ ਸੀਗੀ ਤਾਂ ਮੈਨੂੰ ਇੱਕ ਦਿਨ ਡਾਕਟਰ ਦਰਸ਼ਨ ਸਿੰਘ ਆਸ਼ਟ ਜੀ ਸਾਡੇ ਬਾਲ ਸਾਹਿਤਕਾਰ ਬਾਲ ਸਾਹਿਤਕਾਰ ਨੇ ਉਹਨਾਂ ਦਾ ਫੋਨ ਆਉਂਦਾ ਹੈ ਕਿ ਬਹੁਤ ਸੋਹਣਾ ਲਿਖਦੀ ਹੈ ਅਤੇ ਪੰਖੜੀਆਂ ਪ੍ਰਾਇਮਰੀ ਸਿੱਖਿਆ 'ਚ ਮੇਰੀਆਂ ਰਚਨਾਵਾਂ ਛੱਪਣ ਲੱਗਦੀਆਂ ਨੇ ਤਾਂ ਉਹਨਾਂ ਦੇ ਸੰਪਾਦਕ ਕੋਮਲ ਸਿੰਘ ਜੀ ਕਹਿੰਦੇ ਆ ਕਿ ਤੇਰੇ ਵਾਸਤੇ ਜਸਬੀਰ ਭੁੱਲਰ ਹੋਰਾਂ ਨੇ ਕਿਹਾ ਹੈ ਕਿ ਬਹੁਤ ਚੰਗੀਆਂ ਰਚਨਾਵਾਂ ਨੇ ਬਹੁਤ ਮਿਆਰੀ ਨੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਕਿਸੇ ਇੰਨੀ ਵੱਡੀ ਜਿਹੜੇ ਸ਼ਖਸੀਅਤਾਂ ਨੇ ਜਿਹਨਾਂ ਨੂੰ ਤੁਸੀਂ ਪੜ੍ਹਦੇ ਸੁਣਦੇ ਵੱਡੇ ਹੋ ਰਹੇ ਹੁੰਦੇ ਹੋ ਅਤੇ ਉਹ ਤੁਹਾਨੂੰ ਕੁਛ ਕਹਿੰਦੇ ਸ਼ਾਬਾਸ਼ੇ ਦਿੰਦੇ ਆ ਹੱਲਾਸ਼ੇਰੀ ਦਿੰਦੇ ਆ ਫਿਰ ਗਜ਼ਲ ਦੇ ਖੇਤਰ 'ਚ ਆਈ ਤਾਂ ਇੱਕ ਉੱਥੇ ਕਵੀ ਦਰਬਾਰ ਸੀਗਾ ਇੱਕ ਲੁਧਿਆਣੇ ਪਿਛਲੇ ਸਾਲ ਮੈਂ ਗੁਰਤੇਜ ਕੁਹਾਰ ਵਾਲਾ ਨੂੰ ਉਸ ਤੋਂ ਪਹਿਲਾਂ ਪੜ੍ਹਦੀ ਹੁੰਦੀ ਸੀ ਉਹਨਾਂ ਨੂੰ ਸੁਣਦੀ ਹੁੰਦੀ ਸੀ ਅਤੇ ਉੱਥੇ ਉਹ ਆਏ ਹੋਏ ਸੀਗੇ ਐਜ਼ ਆਲੋਚਕ ਕਿਆ ਉਹ ਵੀ ਬੜਾ ਹੈ ਨਾ ਕਿੰਨਾ ਸੋਹਣਾ ਲਿਖਦੇ ਆ ਨਾ ਜਿਵੇਂ ਉਹਨਾਂ ਦੀ ਇੱਕ ਸ਼ੇਅਰ ਹੈਗਾ ਘਰਾਂ ਦੇ ਘੜਿਆਂ ਅੰਦਰ ਪੈ ਕੇ ਸਿਆਣਾ ਪਾਣੀ ਸੋਚੇ ਅਕਸਰ ਕਿ ਮੈਨੂੰ ਨਦੀਆਂ ਵਗਦੇ ਨੂੰ ਵੀ ਰੇਤੇ ਨੇ ਹੀ ਪੀ ਲੈਣਾ ਸੀ ਜੇਕਰ ਦਿਲ ਨੂੰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ ਬਿਲਕੁਲ ਬਹੁਤ ਬਹੁਤ ਕਮਾਲ ਲੇਖਕ ਨੇ ਗੁਰਤੇਜ ਕੁਹਾਰ ਵਾਲਾ ਜੀ ਉਹਨਾਂ ਦੀ ਗੱਲ ਹੋ ਰਹੀ ਹੈ ਤੁਸੀਂ ਕੰਟੀਨਿਊ ਕਰੋ ਤੇ
ਉਹ ਆਏ ਹੋਏ ਸੀ ਉੱਥੇ ਉਹਨਾਂ ਦੀ ਆਲੋਚਕ ਟਿੱਪਣੀ ਸੀਗੀ ਉਸ ਕਵੀ ਦਰਬਾਰ ਦੇ ਵਿੱਚ ਕਿ ਆਖਿਰ ਤੇ 52 ਕਵੀ ਆਏ ਹੋਏ ਸੀਗੇ ਤੇ ਆਖਿਰ ਤੇ ਉਹਨਾਂ ਨੇ ਟਿੱਪਣੀ ਕਰਨੀ ਸੀਗੀ ਪੜ੍ਹੀ ਗਈ ਕਵਿਤਾ ਬਾਰੇ ਤਾਂ ਉਹ ਕਹਿੰਦੇ ਕਿ ਮਤਲਬ ਜੇ ਮੈਂ ਗੱਲ ਕਰਾਂ ਗਜ਼ਲ ਦੇ ਖੇਤਰ ਦੀ ਮੇਰਾ ਖੇਤਰ ਉਹ ਹੈ ਅਤੇ ਖਾਸ ਕਰਕੇ ਔਰਤਾਂ ਦੇ ਖੇਤਰ 'ਚੋਂ ਗੱਲ ਕਰਾਂ ਤਾਂ ਰੂਹੀ ਨੇ ਜਿਹੜਾ ਹੈਗਾ ਜਿੱਦਾਂ ਪਹਿਲਾਂ ਦੇ ਸੁਖਵਿੰਦਰ ਅੰਮ੍ਰਿਤ ਜੀ ਰਹੇ ਬਹੁਤ ਲੰਮਾ ਸਮਾਂ ਸੁਰਜੀਤ ਸਖੀ ਰਹੇ ਅਨੂਬਾਲਾ ਨੇ ਤਾਂ ਨਵਿਆਂ 'ਚੋਂ ਕਹਿੰਦੇ ਜੇ ਮੈਂ ਗੱਲ ਕਰਾਂ ਤਾਂ ਰੂਹੀ ਨੇ ਬੜਾ ਪੱਕੇ ਪੈਰੀ ਗਜ਼ਲ 'ਚ ਆਪਣਾ ਸਥਾਨ ਲਿਆ ਹੈ ਜਾਂ ਸਥਾਨ ਲੈ ਰਹੀ ਹੈ ਬਹੁਤ ਖੁਸ਼ੀ ਹੋਈ ਮਤਲਬ ਉਹ ਸ਼ਬਦ ਜਿਹੜੇ ਸੀਗੇ ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਡੀ ਸਿਰਜਣਾ ਦਾ ਕੁਛ ਆਧਾਰ ਬਣਦਾ ਹੁੰਦਾ ਹੈ ਅਤੇ ਉਹ ਇੱਦਾਂ ਦੇ ਸ਼ਬਦ ਹੀ ਹੁੰਦੇ ਆ ਇੱਦਾਂ ਦੇ ਸ਼ੁਭ ਸ਼ਬਦ ਪ੍ਰਾਪਤੀ ਹੋ ਗਈ ਤੁਹਾਡੀ ਉਹ ਹਾਂ ਬਿਲਕੁਲ ਅਤੇ ਮੈਂ ਉਸ ਤੋਂ ਪਹਿਲਾਂ ਸਰ ਨੂੰ ਬਾਏ ਫੇਸ ਜਾਣਦੀ ਸੀ ਮੇਰੀ ਹਿੰਮਤ ਨਹੀਂ ਸੀ ਪੈਂਦੀ ਕਿ ਮੈਂ ਸਰ ਨੂੰ ਰਚਨਾਵਾਂ ਦੇ ਜ਼ਰੀਏ ਜਾਣਦੀ ਸੀ ਮੇਰੀ ਹਿੰਮਤ ਨਹੀਂ ਸੀ ਪੈਂਦੀ ਕਿ ਮੈਂ ਸਰ ਨੂੰ ਮਿਲਾਂ ਜਾ ਕੇ ਬਟ ਉੱਥੇ ਨਾਮ ਬੋਲਿਆ ਮੇਰਾ ਉਹਨਾਂ ਨੇ ਮੰਚ ਤੋਂ ਅਤੇ ਮੈਨੂੰ ਇੰਨਾ ਖੁਸ਼ੀ ਹੋਈ ਚੰਗਾ ਲੱਗਿਆ ਤੋ ਇਹੀ ਚੀਜ਼ਾਂ ਹੁੰਦੀਆਂ ਨੇ ਮੈਨੂੰ ਲੱਗਦਾ ਜਿਹੜਾ ਕਵੀਆਂ ਨੂੰ ਜਾਂ ਕਿਸੇ ਵੀ ਸਿਰਜਕ ਨੂੰ ਜਿਹੜੀ ਹੈਗੀ ਆਧਾਰ ਦਿੰਦੀ ਹੈ ਵਧੀਆ ਲੱਗਦਾ ਬਿਲਕੁਲ ਹੁਣ ਫਿਰ ਆਪਾਂ ਥੋੜ੍ਹਾ ਜਿਹਾ ਕੁਛ ਸੁਣ ਵੀ ਲਈਏ ਤੁਹਾਡੇ ਤੋਂ ਹੋਰ ਕੁਛ ਜੀ ਇੱਕ ਬਿਲਕੁਲ ਨਵੀਆਂ ਦੋ ਗਜ਼ਲਾਂ ਨੇ ਉਹਨਾਂ 'ਚ ਕੁਛ ਕੁਛ ਸ਼ੇਅਰ ਸੁਣਾ ਦਿੰਦੇ ਜੀ ਜੀ ਇਰਸ਼ਾਦ ਆਖਾਂ ਦਿਲ ਦੀ ਗੱਲ ਤਾਂ ਮਸਲਾ ਬਣ ਜਾਂਦਾ ਆਖਾਂ ਦਿਲ ਦੀ ਗੱਲ ਤਾਂ ਮਸਲਾ ਬਣ ਜਾਂਦਾ ਮਤਲਾ ਵੀ ਅੱਜ ਕੱਲ੍ਹ ਤਾਂ ਮਸਲਾ ਬਣ ਜਾਂਦਾ ਠੀਕ ਹੈ ਆਖਾਂ ਦਿਲ ਦੀ ਗੱਲ ਤਾਂ ਮਸਲਾ ਬਣ ਜਾਂਦਾ ਮਤਲਾ ਵੀ ਅੱਜ ਕੱਲ੍ਹ ਤਾਂ ਮਸਲਾ ਬਣ ਜਾਂਦਾ ਕੀ ਮੈਂ ਹਾਲ ਸੁਣਾਵਾਂ ਸਾਡੇ ਰਿਸ਼ਤੇ ਦਾ ਕੀ ਮੈਂ ਹਾਲ ਸੁਣਾਵਾਂ ਸਾਡੇ ਰਿਸ਼ਤੇ ਦਾ ਗੱਲ ਗੱਲ 'ਤੇ ਅੱਜ ਕੱਲ੍ਹ ਤਾਂ ਮਸਲਾ ਬਣ ਜਾਂਦਾ ਦਿਲ ਦਰਿਆ ਲੱਖ ਮੌਨ ਵਗਣ ਕੋਈ ਮਸਲਾ ਨਹੀਂ ਦਿਲ ਦਰਿਆ ਲੱਖ ਮੌਨ ਵਗਣ ਕੋਈ ਮਸਲਾ ਨਹੀਂ ਜਦ ਕੋਈ ਉੱਠੇ ਛੱਲ ਤਾਂ ਮਸਲਾ ਬਣ ਜਾਂਦਾ ਜਿਸਨੇ ਰਾਹ ਰੁਸ਼ਨਾਉਣਾ ਸੀ ਉਹ ਰਹਿਬਰ ਵੀ ਜਿਸਨੇ ਰਾਹ ਰੁਸ਼ਨਾਉਣਾ ਸੀ ਉਹ ਰਹਿਬਰ ਵੀ ਜਦੋਂ ਖਿਲਾਰੇ ਝੱਲ ਤਾਂ ਮਸਲਾ ਬਣ ਜਾਂਦਾ ਸਹੀ ਹੈ ਸਹੀ ਹੈ ਤੇ ਆਖਰੀ ਹੈ ਕਿ ਜ਼ਿੰਦਗੀ ਮਸਲਾ ਤਾਂ ਨਹੀਂ ਜ਼ਿੰਦਗੀ ਮਸਲਾ ਤਾਂ ਨਹੀਂ ਪਰ ਇਸ ਮਸਲੇ ਦਾ ਜ਼ਿੰਦਗੀ ਮਸਲਾ ਤਾਂ ਨਹੀਂ ਪਰ ਇਸ ਮਸਲੇ ਦਾ ਲੱਭੇ ਨਾ ਜੇ ਹੱਲ ਤਾਂ ਮਸਲਾ ਬਣ ਜਾਂਦਾ ਕਿਆ ਬਾਤ ਅੱਛਾ ਹੁਣ ਤੁਸੀਂ ਮਤਲਬ ਜੇ ਮੈਂ ਲਿਖਣ ਦੀ ਗੱਲ ਕਰਾਂ ਇਸ ਫੀਲਡ ਦੇ ਵਿੱਚ ਕੁੜੀਆਂ ਨੇ ਜੋ ਲਿਖਦੀਆਂ ਨੇ ਹੈ ਨਾ ਤਾਂ ਕਿਤੇ ਇਸ ਚੱਕਰ ਦੇ ਵਿੱਚ ਵੀ ਤੁਸੀਂ ਕੁੜੀ ਹੋ ਲਿਖਦੇ ਹੋ ਕਵੀ ਦਰਬਾਰਾਂ 'ਤੇ ਜਾਂਦੇ ਹੋ ਇਸ ਗੱਲ ਦਾ ਮਸਲਾ ਨਹੀਂ ਬਣਿਆ ਨਹੀਂ ਇਸ ਗੱਲ ਦਾ ਮਸਲਾ ਤਾਂ ਨਹੀਂ ਬਣਿਆ ਕਦੇ ਉਹ ਚੰਗਾ ਹੀ ਲੱਗਦਾ ਹੁੰਦਾ ਮੈਨੂੰ ਲੱਗਦਾ ਹੁੰਦਾ ਕਿ ਇੱਦਾਂ ਤੁਸੀਂ ਦੋਸਤ ਤੁਹਾਡੇ ਵੱਧਦੇ ਨੇ ਤੁਸੀਂ ਆਪਣੇ ਕਿਉਂਕਿ ਮੇਰੇ ਜਿਹੜੇ ਫਰੈਂਡ ਸਰਕਲ ਸੀ ਕਾਲਜ ਤੋਂ ਯੂਨੀਵਰਸਿਟੀ ਤੋਂ ਉਹ ਲਿਖਦੇ ਨਹੀਂ ਸੀ ਪਰ ਜੇ ਤੁਸੀਂ ਕਵੀ ਦਰਬਾਰਾਂ 'ਚ ਜਾਂਦੇ ਹੋ ਤੁਹਾਨੂੰ ਬੜਾ ਅੱਛਾ ਇੱਕ ਸਰਕਲ ਮਿਲਦੀ ਹੈ ਸਰਕਲ ਵੱਧਦਾ ਤੁਹਾਡੀ ਬੜੀਆਂ ਦੋਸਤੀਆਂ ਹੁੰਦੀਆਂ ਨੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਹੁਤ ਵੱਡੇ ਸ਼ਾਇਰ ਆਏ ਹੁੰਦੇ ਨੇ ਬਹੁਤ ਸੰਗਤ ਬੜਾ ਕੁਝ ਸਿਖਾਉਂਦੀ ਆ ਬੜਾ ਕੁਝ ਜਾਣਨਾ ਨੇ ਮੈਂ ਹੋਰ ਵੀ ਜਾਣਨਾ ਅੱਗੇ ਦਾ ਕੀ ਪਲਾਨ ਆ ਕਿਹੜੀ ਕੋਈ ਬੁੱਕ ਪਬਲਿਸ਼ ਕਰਨੀ ਆ ਗਜ਼ਲ ਦੀ ਕਰਨੀ ਆ ਕਵਿਤਾ ਦੀ ਕਰਨੀ ਆ ਜਾਂ ਫਿਰ ਬਾਲ ਕਹਾਣੀਆਂ ਦੀ ਕਰਨੀ ਆ ਅਗਲੇਰੇ ਪਲਾਨਸ ਦੇ ਵਿੱਚ ਇੱਕ ਵਾਰ ਤਾਂ ਇਹ ਆ ਕਿ ਹੁਣ ਨਜ਼ਮ ਤੇ ਗਜ਼ਲ ਲਿਖ ਰਹੀ ਹਾਂ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕੋਈ ਕਿਤਾਬ ਆਊਗੀ ਹਲੇ ਜਦੋਂ ਵੀ ਕਿਸੇ ਵੀ ਭਵਿੱਖ ਦੇ ਵਿੱਚ ਤਾਂ ਉਹ ਇਕੱਠੀ ਆਊਗੀ ਨਜ਼ਮਾਂ ਤੇ ਗਜ਼ਲਾਂ ਦੀ ਅਤੇ ਬਾਲ ਕਹਾਣੀਆਂ ਇਹ ਕਿਤਾਬਾਂ ਨੂੰ ਜਦੋਂ ਹੁਣ ਮੈਂ ਦੇਖਦੀ ਹਾਂ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਉਸ ਉਮਰ ਦੇ ਬੱਚੇ ਨੇ ਮੇਰੀ ਉਮਰ ਦੇ ਬੱਚੇ ਨੇ ਜਦੋਂ ਉਹ ਲਿਖੀਆਂ ਹੋਣਗੀਆਂ ਉਹ ਪੜ੍ਹਦੇ ਹੋਣਗੇ ਉਹ ਪੜ੍ਹਦੇ ਆ ਇਹਨਾਂ ਦਾ ਜਦੋਂ ਰਿਸਪੋਂਸ ਆਇਆ ਉਹ ਬੜਾ ਅੱਛਾ ਲੱਗਿਆ ਮੈਨੂੰ ਅਤੇ ਉਹਨਾਂ ਵੱਲ ਫਿਲਹਾਲ ਨਹੀਂ ਪਰ ਫਿਲਹਾਲ ਮੈਂ ਕਹਾਣੀ ਤੋਂ ਕਵਿਤਾ ਵੱਲ ਨਜ਼ਮ ਅਤੇ ਗਜ਼ਲ ਵੱਲ ਹਾਂ ਅਤੇ ਉਹ ਜੇ ਕਦੇ ਵੀ ਨਹੀਂ ਨਹੀਂ ਵੈਸੇ ਨਾ ਵਧੀਆ ਗੱਲ ਆ ਖੈਰ ਤੁਸੀਂ ਲਿਖਿਆ ਕਿਉਂਕਿ ਬੱਚਿਆਂ ਲਈ ਸਾਹਿਤ ਲਿਖਿਆ ਜਾਣਾ ਬਹੁਤ ਜ਼ਰੂਰੀ ਆ ਜਿਹੜੇ ਨਿੱਕੇ ਨਿਆਣੇ ਨੇ ਨਾ ਉਹ ਕੀ ਪੜ੍ਹ ਰਹੇ ਨੇ ਸਾਡੇ ਵਾਲੇ ਹਲੇ ਵੀ ਨਾ ਉਹ ਟੋਮੀ ਟੋਮੀ ਜਸ ਪਾਪਾ ਉਹ ਕਿਹੜਾ ਜੋਨੀ ਜੋਨੀ ਮਤਲਬ ਜੋਨੀ ਵੀ ਟੋਮੀ ਨਿਕਲ ਗਿਆ ਸਾਰੀ ਠੀਕ ਹੈ ਉਹ ਜੋਨੀ ਜੋਨੀ ਜਸ ਪਾਪਾ ਉਸ ਉਹ ਇਹ ਤਾਂ ਮੈਂ ਪੁਰਾਣੀ ਦੱਸ ਰਿਹਾ ਹਲੇ ਇਦੋਂ ਵੀ ਔਖੀਆਂ ਆ ਗਈਆਂ ਹੋਣੀਆਂ ਟਵਿੰਕਲ ਟਵਿੰਕਲ ਲਿਟਰ ਸਟਾਰ ਹੈ ਨਾ ਮੈਂ ਕਹਿਣਾ ਵੀ ਸਾਡੇ ਕੋਲ ਆਪਦੀਆਂ ਕਵਿਤਾਵਾਂ ਆਪਦੀਆਂ ਕਹਾਣੀਆਂ ਆਪਦਾ ਸਾਹਿਤ ਹੋਣਾ ਚਾਹੀਦਾ ਕਦੋਂ ਤੱਕ ਅਸੀਂ ਵੈਸਟ ਵਾਲੇ ਜਾਂ ਦੂਸਰੇ ਸਾਹਿਤ ਨੂੰ ਪੜ੍ਹਾਂਗੇ ਸੋ ਇਹ ਜ਼ਰੂਰੀ ਆ ਉਹ ਜਦੋਂ ਆਏ ਸੀ ਨਾ ਦਰਸ਼ਨ ਸਿੰਘ ਆਸ਼ਟ ਜੀ ਬਹੁਤ ਵਧੀਆ ਲਿਖਦੇ ਨੇ ਬਾਲ ਸਾਹਿਤਕਾਰ ਨੇ ਪੂਰਾ ਸਮਰਪਿਤ ਨੇ ਉਹ ਇਸ ਚੀਜ਼ ਨੂੰ
ਕਹਿੰਦਾ ਪੰਜਾਬੀ ਸਾਹਿਤਕਾਰਾਂ ਨੇ ਨਾ ਜਿਹੜੇ ਪਹਿਲਾਂ ਦੇ ਪੁਰਾਣੇ ਵੱਡੇ ਵੀ ਹੋਏ ਆ, ਕਹਿੰਦਾ ਨਾ ਬਾਲ ਸਾਹਿਤ ਨੂੰ ਚਿਮਟੇ ਨਾਲ ਵੀ ਨਹੀਂ ਚੱਕਿਆ। ਠੀਕ ਆ, ਉਹਨਾਂ ਨੂੰ ਐਂ ਲੱਗਿਆ ਵੀ ਜੇ ਮੈਂ ਲਿਖਣ ਲੱਗੂੰਗਾ ਨਾ ਤਾਂ ਮੇਰੇ 'ਤੇ ਠੱਪਾ ਲੱਗ ਜੂ ਬਾਲ ਸਾਹਿਤਕਾਰ ਦਾ, ਹੈ ਨਾ। ਸੋ ਗੱਲ ਇਹ ਆ ਵੀ ਇਹ ਵੀ ਲਿਖਣਾ ਜ਼ਰੂਰੀ ਹੈ, ਤੁਸੀਂ ਸ਼ੁਰੂਆਤ ਇਸ ਤੋਂ ਕਰੀ ਆ। ਤਾਂ ਅਗਲੀ ਕਿਤਾਬ ਲਈ ਸਾਡੇ ਵੱਲੋਂ ਹੁਣੇ ਤੋਂ ਹੀ ਤੁਹਾਨੂੰ ਸ਼ੁਭਕਾਮਨਾਵਾਂ ਦੁਆਵਾਂ। ਅੱਛਾ ਰੂਹੀ, ਗੱਲ ਇਹ ਆ ਹੁਣ ਤੱਕ ਕਿੰਨੇ ਕੁ ਮਤਲਬ ਵੀ ਕਵੀ ਦਰਬਾਰ ਅਟੈਂਡ ਕੀਤੇ ਨੇ, ਅਤੇ ਸਭ ਤੋਂ ਵਧੀਆ ਤਜਰਬਾ ਕਿਹੜੇ ਕਵੀ ਦਰਬਾਰ ਦਾ ਰਿਹਾ? ਕਵੀ ਦਰਬਾਰ ਤਾਂ ਮੈਂ ਇਹ ਕਹੂੰਗੀ ਕਿ ਮੈਂ 2018 ਤੋਂ ਪਹਿਲੀ ਵਾਰ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਨੇ ਕਰਵਾਇਆ ਸੀ ਕਵੀ ਦਰਬਾਰ ਬੰਧਨਵਾਰ, ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਕਲਾ ਭਵਨ ਦੇ ਵਿੱਚ ਆਈ ਸੀ। ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਅਟੈਂਡ ਕੀਤੇ ਆ, ਮਤਲਬ ਮੈਂ ਕਦੇ ਗਿਣਤੀ ਨਹੀਂ ਕੀਤੀ, ਪਰ ਉਹ ਸਾਰੇ ਹੀ ਬਹੁਤ ਕਮਾਲ ਦੇ ਹੁੰਦੇ ਆ। ਤਾਂ ਮੇਰੇ ਲਈ ਕਿਸੇ ਇੱਕ ਨੂੰ ਚੁਣਨਾ ਬਹੁਤ ਮੁਸ਼ਕਿਲ ਹੈ ਕਿ ਮੈਂ ਕਿਸੇ ਇੱਕ ਕਵੀ ਦਰਬਾਰ ਨੂੰ ਕਹਿ ਦਾਂ ਕਿ ਇਹ ਬਹੁਤ ਕਮਾਲ ਸੀ। ਸਾਰੇ ਬਹੁਤ ਕਮਾਲ ਹੁੰਦੇ ਆ, ਸਾਰਿਆਂ 'ਚੋਂ ਨਵੇਂ ਸ਼ਾਇਰਾਂ ਨੂੰ, ਤੁਹਾਡੇ ਵੱਡਿਆਂ ਨੂੰ ਮਿਲਣ ਦਾ, ਉਹਨਾਂ ਤੋਂ ਸਿੱਖਣ ਦਾ, ਉਹਨਾਂ ਨਾਲ ਮਿਲ ਬੈਠਣ ਦਾ, ਉਹਨਾਂ ਦੀ ਸੋਹਬਤ ਮਾਣਨ ਦਾ ਮੌਕਾ ਮਿਲਦਾ। ਅਤੇ ਮੈਂ ਡਿਪਲੋਮੈਟਿਕ ਆਨਸਰ ਨਹੀਂ ਲੈਣਾ, ਮੈਂ ਇਹ ਪੁੱਛਣਾ ਵੀ ਕਈ ਵਾਰੀ ਕੋਈ ਖਾਸ ਮਾਹੌਲ ਹੁੰਦਾ, ਕਈ ਵਾਰ ਤੁਹਾਡੇ ਅੰਦਰ ਹੀ ਨਾ ਇਹੋ ਜਿਹਾ ਮਾਹੌਲ ਹੁੰਦਾ। ਇਹ ਚੀਜ਼ਾਂ ਹੁਣ ਉਹ ਇੱਕ ਨਾ ਜਗ੍ਹਾ 'ਤੇ ਅਸੀਂ ਇਕੱਠੇ ਹੋਏ ਸੀਗੇ, ਮੈਡਮ ਨੇ ਆਪਣੇ ਮਨਜੀਤ ਇੰਦਰਾ ਜੀ, ਉਹ ਇੱਕ ਗੀਤ ਸੁਣਾਉਂਦੇ ਹੁੰਦੇ ਆ, ਉਹਨਾਂ ਨੇ ਪਹਿਲਾਂ ਹੀ ਬੜੇ ਵਾਰੀ ਸੁਣਾਇਆ, ਪਰ ਉਦਣ ਜਿਹੜਾ ਸੁਣਾਇਆ ਨਾ ਉਹ ਇੱਕ ਅਲੱਗ ਹੀ ਲੈਵਲ ਸੀ। ਕਈ ਵਾਰੀ ਨਾ ਫੀਲ ਅਲੱਗ ਹੁੰਦੀ ਆ, ਕਿਤੋਂ ਦਾ ਔਰਾ, ਮਾਹੌਲ, ਲੋਕ ਸਾਹਮਣੇ ਬੈਠੇ ਹੋਣ, ਹੈ ਨਾ, ਪੋਜ਼ਿਟਿਵਿਟੀ ਉੱਦਾਂ ਦੀ ਹੋਵੇ, ਕਈ ਵਾਰੀ ਹੁੰਦਾ ਵੀ ਉਹ ਯਾਦਗਾਰੀ ਹੋ ਜਾਂਦੀ ਹੈ ਚੀਜ਼, ਇੱਦਾਂ ਦਾ ਹੋਇਆ ਹੋਵੇ, ਕਿਤੇ ਦਾਦ ਬਹੁਤ ਮਿਲੀ ਹੋਵੇ। ਸਾਰੇ ਕਵੀ ਦਰਬਾਰਾਂ ਦੇ ਮਤਲਬ ਦਾਦ ਬਹੁਤ, ਮਤਲਬ ਮੈਂ ਇਹਨੂੰ ਫਿਰ ਆਪਣੀ ਖੁਸ਼ਕਿਸਮਤੀ ਕਹੂੰਗੀ ਕਿ ਤੁਸੀਂ ਇਹਨੂੰ ਡਿਪਲੋਮੈਟਿਕ ਆਨਸਰ ਕਹਿ ਰਹੇ ਹੋ, ਬਟ ਮੇਰੀ ਫਿਰ ਖੁਸ਼ਕਿਸਮਤੀ ਹੈ ਕਿ ਮੈਨੂੰ ਕਦੇ ਵੀ ਕੋਈ ਵੀ ਕਵੀ ਦਰਬਾਰ ਦਾ ਕੋਈ ਮਾੜਾ ਜਾਂ ਕੋਈ ਵੀ ਅਲੱਗ ਤਜਰਬਾ ਨਹੀਂ ਹੋਇਆ। ਮੈਨੂੰ ਸਾਰੇ ਬਹੁਤ ਚੰਗੇ ਲੱਗੇ ਆ, ਮੈਂ ਸਾਰਿਆਂ ਤੋਂ ਮਤਲਬ ਹਮੇਸ਼ਾ ਭਰ ਕੇ ਘਰ ਨੂੰ ਮੁੜੀ ਹਾਂ, ਦੁਆਵਾਂ ਨਾਲ, ਮੁਹੱਬਤਾਂ ਨਾਲ, ਅਸੀਸਾਂ ਨਾਲ। ਤਾਂ ਮੈਨੂੰ ਉਹ ਸਭ ਤੋਂ ਵੱਡੀ ਗੱਲ ਲੱਗਦੀ ਹੁੰਦੀ ਹੈ ਕਿਸੇ ਵੀ ਸ਼ਾਇਰਾਨਾ ਕੋਈ ਮਹਿਫਿਲ ਵੀ ਹੋਵੇ, ਕੋਈ ਕਵੀ ਦਰਬਾਰ ਵੀ ਹੋਵੇ, ਉਹ ਬਹੁਤ ਚੰਗੇ ਲੋਕਾਂ ਦੀ ਤੁਹਾਨੂੰ ਸੰਗਤ ਮਾਣਨ ਦਾ ਮੌਕਾ ਮਿਲਦਾ। ਅਤੇ ਉਹ ਅਤੇ ਦਿੱਲੀ ਕਾਹਤੋਂ ਛੱਡਿਆ ਫਿਰ? ਦਿੱਲੀ ਕੰਟੈਂਟ ਰਾਈਟਿੰਗ ਕਰਦੀ ਸੀ, ਬੜੀ ਮੈਨੂੰ ਲੱਗੀ ਕਿ ਮੋਨੋਟਨਸ ਜਾਂ ਬੜਾ ਇੱਕ ਰੁਟੀਨ ਜੇ, ਉੱਦਾਂ ਹੀ ਰੋਜ਼ ਉੱਦਾਂ ਹੀ ਕਰੀ ਜਾਣਾ। ਅਤੇ ਮੈਨੂੰ ਲੱਗਿਆ ਕਿ ਸ਼ਾਇਦ ਕਵਿਤਾ ਵੀ ਕਿਤੇ ਚਲੀ ਗਈ ਮੇਰੇ ਤੋਂ, ਸ਼ਾਇਦ ਕਿਤੇ ਪੰਜਾਬੀ ਵੀ ਚਲੀ ਗਈ, ਮੈਨੂੰ ਇੱਦਾਂ ਲੱਗਦਾ ਹੁੰਦਾ ਸੀ। ਅਤੇ ਲੱਗਿਆ ਨਹੀਂ ਨਹੀਂ ਸੂਟ ਨਹੀਂ ਕਰਦਾ ਮੈਨੂੰ, ਅਤੇ ਮੇਰੇ ਸੁਭਾਅ ਦੇ ਮੁਤਾਬਿਕ ਨਹੀਂ ਹੈਗਾ, ਅਤੇ ਮੈਂ ਵਾਪਸ ਆ ਗਈ। ਅਤੇ ਅੱਛਾ, ਜੀ ਨਹੀਂ ਲੱਗਿਆ ਮਤਲਬ ਉੱਥੇ 6-7 ਮਹੀਨੇ ਲਾਏ ਆ, ਜੀ ਤਾਂ ਲੱਗ ਰਿਹਾ ਸੀ, ਪਰ ਉਹ ਹੁੰਦਾ ਕਿ ਆਪਣਾ ਮਾਹੌਲ, ਆਪਣੇ ਲੋਕ, ਉਹਦੇ 'ਚ ਤੁਸੀਂ ਵੱਧ ਜ਼ਿਆਦਾ ਵੱਧ ਫੁੱਲ ਸਕਦੇ ਹੋ। ਮੈਨੂੰ ਉਹ ਨਹੀਂ ਸੀ ਮਿਲ ਰਿਹਾ, ਅਤੇ ਮੈਨੂੰ ਲੱਗਿਆ ਕਿ ਮੈਂ ਜਿਹੜਾ ਵੀ ਕੰਮ ਕਰਨਾ, ਮੈਂ ਸੁਭਾਅ ਦੇ ਅਨੁਕੂਲ ਕਰਨਾ, ਮੈਂ ਸੁਭਾਅ ਦੇ ਪ੍ਰਤੀਕੂਲਤਾ ਨਹੀਂ ਕਰਨਾ, ਅਤੇ ਮੇਰੇ ਤੋਂ ਨਹੀਂ ਹੋਊਗਾ। ਹਿੰਦੀ 'ਚ ਵੀ ਲਿਖਦੇ ਹੋ ਤੁਸੀਂ, ਹੈ ਨਾ? ਜੀ, ਹਿੰਦੁਸਤਾਨੀ ਦੇ ਵਿੱਚ। ਅਤੇ ਜ਼ਿਆਦਾ ਵਧੀਆ ਕਿਹੜੇ ਕਾਹਦੇ 'ਚ ਲਿਖਣਾ ਲੱਗਦਾ? ਮੈਨੂੰ ਇਹ ਸਵਾਲ ਹੁੰਦੇ ਆ ਕਿ ਤੂੰ ਇੰਗਲਿਸ਼ ਦੀ BA ਆਨਰਸ ਕੀਤੀ ਹੈ, ਤੂੰ ਇੰਗਲਿਸ਼ ਦੀ MA ਕੀਤੀ ਹੈ, ਤੂੰ ਪੰਜਾਬੀ 'ਚ ਕਿਉਂ ਲਿਖਦੀ ਹੈ? ਕਈ ਵਾਰੀ ਇਹ ਸਵਾਲ ਇੱਕ ਬੜੇ ਵਿਅੰਗਮਈ ਲਹਿਜੇ 'ਚ ਹੁੰਦਾ ਹੈ, ਕਈ ਵਾਰੀ ਇਹ ਸਵਾਲ ਇੱਕ ਜਗਿਆਸਾ ਦੇ ਲਹਿਜੇ 'ਚ ਹੁੰਦਾ ਹੈ। ਮੇਰਾ ਹਮੇਸ਼ਾ ਇੱਕੋ ਜਵਾਬ ਹੁੰਦਾ ਹੈ ਕਿ ਤੁਸੀਂ ਭਾਸ਼ਾ ਨੂੰ ਨਹੀਂ ਚੁਣਦੇ, ਭਾਸ਼ਾ ਤੁਹਾਨੂੰ ਚੁਣਦੀ ਹੈ, ਮਤਲਬ ਪੰਜਾਬੀ ਨੇ ਤੁਹਾਨੂੰ ਚੁਣਿਆ। ਬਿਲਕੁਲ, ਅਤੇ ਮੈਨੂੰ ਹਮੇਸ਼ਾ ਇਹੀ ਲੱਗਦਾ ਹੁੰਦਾ। ਮੈਂ ਜਿਹੜੀ ਭਾਸ਼ਾ, ਇਹ ਵੀ ਲੱਗਾ ਸੀ ਇੱਕ ਵਾਰੀ ਵੀ ਮੈਨੂੰ ਤਾਂ ਮੈਂ ਪੰਜਾਬੀ ਭੁੱਲ ਗਈ ਹਾਂ। ਹਾਂ, ਕਿ ਛੁੱਟਦੀ ਜਾ ਰਹੀ ਹੈ ਕਿਤੋਂ, ਉੱਥੋਂ ਹੀ ਸੀਗਾ ਜਦੋਂ ਮੈਂ ਕਿਹਾ ਕਿ ਪਤਾ ਨਹੀਂ ਕਵਿਤਾ ਮੇਰੇ ਹੱਥੋਂ ਕਿੱਥੇ ਗਈ। ਤਾਂ ਜਿਹੜੀ ਮੈਂ ਪਹਿਲੀ ਨਜ਼ਮ ਸੁਣਾਈ ਹੈ ਕਿ ਕਿੱਥੇ ਜਾਂਦੀ ਹੈ ਉਹ ਕਵਿਤਾ, ਉਹ ਕਿਸੇ ਉੱਦਾਂ ਦੇ ਖਲਾਅ 'ਚੋਂ ਨਿਕਲੀ ਹੋਈ ਕਵਿਤਾ ਸੀਗੀ। ਤਾਂ ਇੱਦਾਂ ਵੀ ਹੁੰਦਾ ਕਦੇ ਕਦੇ, ਮੈਂ ਇੱਕ ਕਹਿੰਦੀ ਹਾਂ ਕਿ ਰਾਈਟਰਸ ਬਲੌਕ ਵੀ ਆ ਜਾਂਦਾ, ਉਹ ਸ਼ਾਇਦ ਉਹ ਰਾਈਟਰਸ ਬਲੌਕ ਹੀ ਸੀਗਾ। ਉੱਤੇ ਵੀ ਮੈਂ ਕਹਿੰਦੀ ਹਾਂ ਕਿ ਦਿਲ ਦਿਮਾਗ ਭਰਿਆ ਪਿਆ ਗੱਲਾਂ ਨਾਲ, ਪਰ ਕੰਨ ਸੁਣਨ ਤੋਂ ਇਨਕਾਰੀ ਹੋ ਗਏ ਨੇ। ਗਲ ਤੱਕ ਆ ਗਏ ਨੇ ਸ਼ਬਦ, ਪਰ ਜ਼ੁਬਾਨ ਖੁੱਲਣ ਦਾ ਨਾਂ ਨਹੀਂ ਲੈ ਰਹੀ। ਕਵਿਤਾ ਜੋ ਤੈਨੂੰ ਸੁਣਾਉਣੀ ਸੀ ਕਿਤੇ ਗੁੰਮ ਗਈ ਹੈ। ਗੁੰਮ ਗਈ ਹੈ, ਬਹੁਤ ਸੋਹਣੀਆਂ ਕਵਿਤਾਵਾਂ, ਗਜ਼ਲਾਂ ਸਾਨੂੰ ਸੁਣਾਈਆਂ ਰੂਹੀ। ਜਾਂਦੇ ਜਾਂਦੇ ਜਿਹੜੇ ਨਵੇਂ ਬੱਚੇ ਨੇ, ਹੈ ਨਾ, ਬਾਲ ਨੇ ਜਿਹੜੇ, ਜਾਂ ਜਿਹੜੇ ਨਵੇਂ ਲਿਖ ਰਹੇ ਨੇ, ਜਾਂ ਨਵੀਆਂ ਕੁੜੀਆਂ ਨੇ ਜਿਹੜੀਆਂ ਲਿਖਦੀਆਂ ਨੇ, ਕੀ ਸੁਨੇਹਾ, ਕੀ ਮੈਸੇਜ ਦੇਣਾ ਚਾਹੂੰਗੇ ਉਹਨਾਂ ਨੂੰ? ਬੱਚਿਆਂ ਲਈ, ਜਿਹੜੇ ਮੇਰੇ ਤੋਂ ਛੋਟੀ ਉਮਰ ਦੇ, ਉਹਨਾਂ ਲਈ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿੱਦਾਂ ਅਸੀਂ ਹੁਣ ਮੈਂ ਗਜ਼ਲ ਲਿਖ ਰਹੀ ਹਾਂ, ਕਵਿਤਾ, ਫਲਸਫਿਆਂ ਦੀ, ਚਲੋ ਜਿੱਦਾਂ ਵੀ ਗੱਲ ਕਰਦੀ ਹਾਂ, ਤਾਂ ਅਸੀਂ
कोई बहुत जो बच्चे होंगे शुरुआती दौर च असी ओही किताबां पढ़ते हैं सानू साढ़े हाण दा साहित चंगा लगता है। जिदा निदा फाजली जी कहते हैं ना कि बच्चों के छोटे हाथों को चांद सितारे छूने दो, चार किताबें पढ़कर ये भी हम जैसे हो जाएंगे। तो बाल साहित्यकता बहुत इस समय की लोड़ है, लिखा जाना चाहिए उन्होंने बच्चों साड़ी भाषा च साडे सभ्याचार के मुताबिक जो साहित्य वह मिले। तो संदेश जिड्डी तो मैंने लगता होंगे कि मैं हले हुई नहीं किसी संदेश देने जोगी, तो पर यही है कि लिखते रहो तो जो तुम बहुत मिलने नैगेटिविटी बहुत इदा की चीज़ आऊगी, पर अपने अंदर का बी मरन ना दो, तो अपने अंदर की जी चानण की किरण है उन्होंने तुम नेरिया च भी कितों लभ लियाओ। क्या बात है, बहुत वधिया लग्या तुसीं साडे वेड़े आए, जस दे वेड़े आए, साहित दी तंद पाई, धन्यवाद तुहाडा बहुत 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 शुक्रिया। सो अज दे प्रोग्राम साहित्यक तंदां विच इन्ना ही, प्रोग्राम किवें लग्या info@jasbroadcasting.com ते लिख के सानूं भेज सकदे हो। सो मैं यही कहूँगा कि साहित नाल बच्चां नूं जोड़ो, अपना रखो ख्याल, जुड़े रहो जस पंजाबी दे नाल। अज दे प्रोग्राम विच इन्ना ही, मैनूं दिओ इजाजत, नहीं सानूं दिओ इजाजत, सत श्री अकाल।